ਸਬਸਕ੍ਰਾਈਬ ਟੂ ਆਰ ਯੂਟਿਊਬ ਚੈਨਲ, ਪ੍ਰੈਸ ਦਾ ਬੈਲ ਆਈਕਨ ਟੂ ਗੈਟ ਦਾ ਲੇਟੈਸਟ ਅਪ। ਭਾਵੇਂ ਗੱਲ ਲੋਕ ਸਭਾ ਚੋਣਾਂ ਦੀ ਹੋਵੇ ਜਾਂ ਫਿਰ ਗੱਲ IPL ਦੀ ਹੋਵੇ, ਇਸ ਸਭ ਦੇ ਵਿੱਚ ਅੱਜ ਕੱਲ ਨਵਜੋਤ ਸਿੰਘ ਸਿੱਧੂ ਦੀ ਤੇਜ਼ੀ ਦੇਖਣ ਨੂੰ ਮਿਲਦੀ ਪਈ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ IPL ਦਾ ਰੁਖ ਕਰ ਚੁੱਕੇ ਨਵਜੋਤ ਸਿੰਘ ਸਿੱਧੂ ਫਿਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਜ਼ਰ ਆਉਂਦੇ ਪਏ ਨੇ। IPL ਸ਼ੁਰੂ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਦੇ ਵਿੱਚ ਸਰਗਰਮੀ ਨਹੀਂ ਦਿਖਾਈ, ਪਰ ਅਚਾਨਕ ਉਹਨਾਂ ਦੇ ਵੱਲੋਂ ਪਟਿਆਲਾ ਦੇ ਸੀਨੀਅਰ ਕਾਂਗਰਸ ਲੀਡਰ ਦੇ ਨਾਲ ਬੈਠਕ ਕੀਤੀ ਗਈ, ਜਿਸ ਦੇ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਦੁੱਲੋ ਵੀ ਸ਼ਾਮਲ ਸਨ। ਪੰਜਾਬ ਕਾਂਗਰਸ ਦੇ ਉਲਟ ਚੱਲਦੇ ਇਲਜ਼ਾਮਾਂ ਦੇ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੇ ਆਪਣੇ ਘਰ ਦੇ ਵਿੱਚ ਬੈਠਕ ਕੀਤੀ, ਜਿਸ ਦੇ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਦੁੱਲੋ, ਸੁਰਜੀਤ ਧੀਮਾਨ, ਜਗਦੇਵ ਕਮਾਲੂ, ਮਹੇਸ਼ ਇੰਦਰ ਸਿੰਘ, ਨਾਜਰ ਸਿੰਘ ਮਾਨਸ਼ਾਹਿਆਸ ਸ਼ਾਮਲ ਸਨ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕੀਤੀ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ IPL ਦੀ ਕਮੈਂਟਰੀ ਦੀ ਸ਼ੁਰੂਆਤ ਕੀਤੀ ਹੈ। ਦੁਬਾਰਾ ਸਿੱਧੂ ਨੇ IPL ਦੇ ਵਿੱਚ ਸ਼ਬਦਾਂ ਦੇ ਚੌਕੇ ਛੱਕੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ, ਜਿਸ ਦਾ ਪਾਪੂਲੈਰਿਟੀ ਗ੍ਰਾਫ ਵੀ ਵਾਧਾ ਪਿਆ ਤੇ ਲੋਕ ਉਹਨਾਂ ਦੀ ਕਮੈਂਟਰੀ ਨੂੰ ਪਸੰਦ ਵੀ ਕਰਦੇ ਨੇ, ਪਰ ਸਿਆਸੀ ਤੌਰ ਤੇ ਸਰਗਰਮ ਉਹ ਨਹੀਂ ਦਿਖਦੇ ਪਏ ਸਨ। ਪਰ ਇਸ ਸਭ ਦੇ ਵਿੱਚ ਜਿਵੇਂ ਹੀ ਪੰਜਾਬ ਦੇ ਵਿੱਚ ਚੋਣਾਂ ਭਾਵੇਂ ਨਜ਼ਦੀਕ ਆਉਂਦੀਆਂ ਪਈਆਂ ਨੇ ਜਾਂ ਫਿਰ ਕਾਂਗਰਸ ਦੇ ਵਿੱਚ ਕੁਝ ਚੰਗਾ ਨਹੀਂ ਦਿਖਦਾ ਪਿਆ, ਸਭ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੁੰਦੇ ਦਿਖਾਈ ਦਿੰਦੇ ਨੇ। ਭਾਵੇਂ ਗੱਲ ਲੋਕ ਸਭਾ ਚੋਣਾਂ ਦੀ ਹੋਵੇ ਜਾਂ ਫਿਰ ਗੱਲ IPL ਦੀ ਹੋਵੇ, ਇਸ ਸਭ ਦੇ ਵਿੱਚ ਅੱਜ ਕੱਲ ਨਵਜੋਤ ਸਿੰਘ ਸਿੱਧੂ ਦੀ ਤੇਜ਼ੀ ਦੇਖਣ ਨੂੰ ਮਿਲਦੀ ਪਈ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ IPL ਦਾ ਰੁਖ ਕਰ ਚੁੱਕੇ ਨਵਜੋਤ ਸਿੰਘ ਸਿੱਧੂ ਫਿਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਜ਼ਰ ਆਉਂਦੇ ਪਏ ਨੇ। IPL ਸ਼ੁਰੂ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਦੇ ਵਿੱਚ ਸਰਗਰਮੀ ਨਹੀਂ ਦਿਖਾਈ, ਪਰ ਅਚਾਨਕ ਉਹਨਾਂ ਦੇ ਵੱਲੋਂ ਪਟਿਆਲਾ ਦੇ ਸੀਨੀਅਰ ਕਾਂਗਰਸ ਲੀਡਰ ਦੇ ਨਾਲ ਬੈਠਕ ਕੀਤੀ ਗਈ, ਜਿਸ ਦੇ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਦੁੱਲੋ ਵੀ ਸ਼ਾਮਲ ਸਨ। ਪੰਜਾਬ ਕਾਂਗਰਸ ਦੇ ਉਲਟ ਚੱਲਦੇ ਇਲਜ਼ਾਮਾਂ ਦੇ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੇ ਆਪਣੇ ਘਰ ਦੇ ਵਿੱਚ ਬੈਠਕ ਕੀਤੀ, ਜਿਸ ਦੇ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਦੁੱਲੋ, ਸੁਰਜੀਤ ਧੀਮਾਨ, ਜਗਦੇਵ ਕਮਾਲੂ, ਮਹੇਸ਼ ਇੰਦਰ ਸਿੰਘ, ਨਾਜਰ ਸਿੰਘ ਮਾਨਸ਼ਾਹਿਆਸ ਸ਼ਾਮਲ ਸਨ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕੀਤੀ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ IPL ਦੀ ਕਮੈਂਟਰੀ ਦੀ ਸ਼ੁਰੂਆਤ ਕੀਤੀ ਹੈ। ਦੁਬਾਰਾ ਸਿੱਧੂ ਨੇ IPL ਦੇ ਵਿੱਚ ਸ਼ਬਦਾਂ ਦੇ ਚੌਕੇ ਛੱਕੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ, ਜਿਸ ਦਾ ਪਾਪੂਲੈਰਿਟੀ ਗ੍ਰਾਫ ਵੀ ਵਾਧਾ ਪਿਆ ਤੇ ਲੋਕ ਉਹਨਾਂ ਦੀ ਕਮੈਂਟਰੀ ਨੂੰ ਪਸੰਦ ਵੀ ਕਰਦੇ ਨੇ, ਪਰ ਸਿਆਸੀ ਤੌਰ ਤੇ ਸਰਗਰਮ ਉਹ ਨਹੀਂ ਦਿਖਦੇ ਪਏ ਸਨ। ਪਰ ਇਸ ਸਭ ਦੇ ਵਿੱਚ ਜਿਵੇਂ ਹੀ ਪੰਜਾਬ ਦੇ ਵਿੱਚ ਚੋਣਾਂ ਭਾਵੇਂ ਨਜ਼ਦੀਕ ਆਉਂਦੀਆਂ ਪਈਆਂ ਨੇ ਜਾਂ ਫਿਰ ਕਾਂਗਰਸ ਦੇ ਵਿੱਚ ਕੁਝ ਚੰਗਾ ਨਹੀਂ ਦਿਖਦਾ ਪਿਆ, ਸਭ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੁੰਦੇ ਦਿਖਾਈ ਦਿੰਦੇ ਨੇ।